ਸਵਾਗਤ ਹੈ ਤੁਹਾਡਾ ਪੰਜਾਬੀ ਸਿਲਾਈ ਕਢਾਈ ਚੈਨਲ 'ਤੇ। ਅੱਜ ਤੁਹਾਨੂੰ ਅਸੀਂ ਗਲੇ 'ਚ ਡਿਜ਼ਾਇਨ ਪਾਉਣਾ ਦੱਸਾਂਗੇ। ਆਪਣਾ ਗਲੇ ਦਾ ਸੂਟ ਦਾ ਫਰੰਟ ਆ ਜੈਂਪਰ ਦਾ, ਆਪਣੇ ਪਲੋਈ ਪਹਿਲਾਂ ਇਹਦੇ ਵਿੱਚ ਪਾ ਲਈ ਆ। ਇੱਥੇ ਆਪਣੇ ਗਲਾ ਲਾਉਣਾ ਗਾ। ਇਹ ਜਿਹੜਾ ਆਪਣਾ ਗਲਾ ਲਾਉਣਾ ਉਹਦਾ ਕੱਪੜਾ, ਇਹ ਆਪਣੀ ਟੈਟਰੋਨ ਹੋ ਗਈ, ਇਹ ਆਪਣੀ ਪੈਟਰਨ। ਜਿਹੜਾ ਇਹਦਾ ਤੀਰਾ ਗਾ ਉਹ 11 ਇੰਚ ਤਿਆਰ ਹੈਗਾ। ਇਹ ਆਪਣਾ ਮਾਰਜਨ ਹੋ ਗਿਆ। ਇਹ ਜਿਹੜਾ ਆਪਣਾ ਕੰਧਾ ਹੋ ਗਿਆ, ਕੰਧਾ ਜਿਹੜਾ ਆਪਣਾ 1.25 ਤਿਆਰ ਹੈਗਾ। ਗਲਾ ਜਿਹੜਾ ਇੱਥੇ ਆਪਾਂ ਨੇ ਲਾਉਣਾ, ਇਹ ਲਾਉਣਾ ਗਾ 2.5 ਇੰਚ ਤਿਆਰ। ਇਹ ਆਪਣੀ ਟੈਟਰੋਨ ਹੋ ਗਈ। ਪਹਿਲਾਂ ਆਪਾਂ ਜਿਹੜਾ ਹੇਠਲਾ ਹਿੱਸਾ ਉਹ ਰੱਖਾਂਗੇ 9 ਇੰਚ। ਇਹ ਆਪਣਾ ਗਲੇ ਦਾ ਜਿਹੜਾ ਹੇਠਲਾ ਹਿੱਸਾ ਉਹ ਆ ਗਿਆ 9 ਇੰਚ। ਇਹ ਆਪਣੇ 6.5 ਇੰਚ ਗਲਾ ਤਿਆਰ, ਇਸਨੂੰ 7 ਇੰਚ ਲਵਾਂਗੇ। ਇਹ 7 ਇੰਚ ਜਿਹੜਾ ਚੌੜਾ ਆਪਣੇ ਗਲਾ ਰੱਖਣਾ 5.25 ਇੰਚ ਹੈਗਾ। ਇੱਥੇ ਆਪਣਾ 5.25 ਹੋ ਗਿਆ। 2.5 ਤੋਂ 2 ਸੂਤ ਜ਼ਿਆਦਾ ਆਪਣੇ ਨਿਸ਼ਾਨ ਲਾਏ ਨੇ ਸਾਰੇ, ਜਿਹੜਾ ਕਿ ਆਪਣਾ ਅੰਦਰੋਂ ਗਲਾ 5.25 ਇੰਚ ਤਿਆਰ ਹੋ ਜਾਊਗਾ। ਇਸਨੂੰ ਹੁਣ ਆਪਾਂ ਗੋਲ ਗਲੇ ਦੀ ਸ਼ੇਪ ਦੇਵਾਂਗੇ। ਤੁਸੀਂ ਚਾਹੋ ਤਾਂ ਕੋਈ ਵੀ ਸ਼ੇਪ ਬਣਾ ਸਕਦੇ ਹੋ ਇਸਦੀ। ਇਹ ਜਿਹੜਾ ਆਪਾਂ ਨੇ ਰੱਖਣਾ ਹੈਗਾ 1 ਇੰਚ, ਇਸਨੂੰ ਆਪਾਂ ਲਾਵਾਂਗੇ 1.5 ਇੰਚ 'ਤੇ। ਇਹ ਆਪਣੇ ਰੱਖਣੇ ਨੇ 3-3 ਇੰਚ ਦੇ, 3 ਕਟਾਮ ਬਣਾਵਾਂਗੇ ਇਸ ਤਰ੍ਹਾਂ। 3 ਇੰਚ ਆਪਣੇ ਲੰਬੇ ਬਣਾਵਾਂਗੇ, 3 ਚੌੜੇ ਬਣਾਵਾਂਗੇ। ਹੁਣ ਇਹ ਜਿਹੜਾ ਆਪਣਾ ਹੈਗਾ ਇਹ 1.5 ਇੰਚ 'ਤੇ ਲਾਵਾਂਗੇ, ਜਿਹੜਾ ਕਿ ਆਪਣਾ ਗਲਾ ਖੁੱਲ੍ਹ ਕੇ 3 ਇੰਚ ਹੋ ਜਾਊਗਾ ਇਸ ਤਰ੍ਹਾਂ। ਇਹ 1.5 ਇੰਚ ਹੋ ਗਿਆ। ਇਹ 1.5 ਇੰਚ ਦੇ ਲਾਏ ਨੇ ਆਪਾਂ ਨਿਸ਼ਾਨ। ਇਹ ਨਿਸ਼ਾਨ ਲੈਣੇ ਇੱਥੇ ਆਪਣੇ ਕਟਾਮ ਦੇ ਖੂੰਜੇ ਬਣਨਗੇ ਨੁੱਕਰਾਂ। ਇਹ ਆਪਾਂ ਲਾਵਾਂਗੇ 1.5 ਇੰਚ ਦੇ। ਜਿਹੜੇ ਸਾਰੇ ਮਾਰਜਨ ਲਾਏ ਨੇ ਇਸਨੂੰ ਆਪਾਂ ਇੱਕ ਸਾਰ ਨਾਪ ਲਾਂਗੇ ਸਾਰਿਆਂ ਨੂੰ। ਇਸ ਤਰ੍ਹਾਂ ਪਹਿਲਾਂ ਆਪਾਂ ਇੰਚੀ ਟੇਪ ਦੀ ਸਹਾਇਤਾ ਨਾਲ ਜਿਹੜਾ ਇੰਚੀ ਟੇਪ ਆਪਣਾ ਉਸਦੇ ਹਿਸਾਬ ਨਾਲ ਹੀ ਜਿਹੜਾ ਪੈਚ ਆ ਉਹ ਤਿਆਰ ਕਰਾਂਗੇ। ਇਸ ਤਰ੍ਹਾਂ ਇਸਨੂੰ ਹੁਣ ਇਹ ਆਪਣੇ ਸ਼ੇਪ ਬਣਾਈ ਆ। ਗਲੇਈ ਜਿਹੜੀ ਦੇਣੀ ਆਪਾਂ ਨੇ ਇੱਥੇ ਦੇਵਾਂਗੇ ਇਸਨੂੰ ਇਸ ਤਰ੍ਹਾਂ। ਇਹ ਜਿਹੜੇ ਖੁੰਜੇ ਆਪਣੇ ਉਹ ਬਣਗੇ। ਇਹ ਤੁਸੀਂ ਚਾਹੋ ਤਾਂ ਗੋਲ ਵੀ ਬਣਾ ਸਕਦੇ ਹੋ, ਆਪਣੇ ਤਿੱਖੇ ਬਣਾਏ ਨੇ ਤਰਕੋਨੇ। ਜਿਹੜੇ ਆਪਣੇ 3 ਕਟਾਮ ਨੇ ਉਹ ਬਣ ਕੇ ਤਿਆਰ ਨੇ। ਇਸ ਨਿਸ਼ਾਨ ਨੂੰ ਅਸੀਂ ਡਾਰਕ ਕਰਕੇ ਤੁਹਾਨੂੰ ਦਿਖਾਵਾਂਗੇ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਇਸ ਤਰ੍ਹਾਂ ਇੱਥੋਂ ਆਪਾਂ ਇਸਦੀ ਹੁਣ ਕਟਿੰਗ ਕਰਾਂਗੇ। ਜਿਹੜਾ ਹੇਠਲਾ ਪੈਚ ਹੈ ਤੁਸੀਂ ਆਪਣੇ ਹਿਸਾਬ ਨਾਲ ਇਸਨੂੰ ਵੱਡਾ ਛੋਟਾ ਵੀ ਕਰ ਸਕਦੇ ਹੋਗੇ। ਜਿਹੜਾ ਆਪਣਾ ਪੈਚ 9 ਇੰਚ ਤਿਆਰ ਹੈਗਾ।
ਤੁਸੀਂ ਉਸ ਹਿਸਾਬ ਨਾਲ ਕਟਾਮ ਛੋਟੇ ਵੀ ਕਰ ਸਕਦੇ। ਜੇਕਰ ਤੁਸੀਂ ਪੈਚ ਨੂੰ ਛੋਟਾ ਕਰਨਾ ਤਾਂ 2-2 ਇੰਚ ਦੇ ਕਟਾਮ ਵੀ ਬਣਾ ਸਕਦੇ ਹੋ। ਪਹਿਲਾਂ ਪੈਚ ਦੀ ਜਿਹੜੀ ਅੰਦਰਲੀ ਗਲਿਆਈ ਆ ਛਿਪ ਉਹ ਪਾਵਾਂਗੇ। ਇਸ ਤਰ੍ਹਾਂ ਹੁਣ ਜਿਹੜੀ ਆਪਣਾ ਹੇਠਲਾ ਪੈਚ ਆ ਉਸਦੀ ਕਟਿੰਗ ਕਰਾਂਗੇ। ਇਹ ਜਿਹੜੀ ਟੈਟਰ ਨਾਲ ਤੁਸੀਂ ਪੇਸਟਿਕ ਵਾਲੇ ਵੀ ਇਸਤੇਮਾਲ ਕਰ ਸਕਦੇ ਹੋਗੇ। ਇਹ ਜਿਹੜੀ ਸਾਡੇ ਕੋਲ ਟੈਟਰ ਨਾਲ ਸਿੰਪਲ ਆ ਕਿ ਇਸਨੂੰ ਆਪਾਂ ਪਹਿਲਾਂ ਕੱਚਾ ਜਿਹੜਾ ਕੱਪੜੇ 'ਤੇ ਇਸਦੀ ਸਿਲਾਈ ਲਾਵਾਂਗੇ, ਉਸ ਤੋਂ ਬਾਅਦ ਗਲਾ ਤਿਆਰ ਕਰਾਂਗੇ। ਇਹ ਆਪਣੀ ਪੈਪਨ ਦੀ ਵੀਡੀਓ ਅਸੀਂ ਪਿਛਲੀ ਪਾ ਚੁੱਕੇ ਹਾਂ, ਜੇਕਰ ਤੁਸੀਂ ਦੇਖਣੀ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ ਪਿਛਲੀ ਵੀਡੀਓ 'ਚ ਪੈਪਨ ਕਿਸ ਤਰ੍ਹਾਂ ਤਿਆਰ ਕਰੀ ਜਾਂਦੀ ਹੈ। ਉਹ ਅਸੀਂ ਵੀਡੀਓ ਤੁਹਾਨੂੰ ਪਾ ਚੁੱਕੇ, ਤੁਸੀਂ ਕੱਢ ਕੇ ਦੇਖ ਸਕਦੇ ਹੋ। ਪਹਿਲਾਂ ਇਸਨੂੰ ਆਪਾਂ ਕੱਚੀ ਸਿਲਾਈ ਨਾਲ ਸੈੱਟ ਕਰਾਂਗੇ ਕੱਪੜੇ ਉੱਪਰ। ਇਹ ਆਪਣਾ ਜਿਹੜਾ ਗਲੇ ਦੀ ਚੜਾਈ ਆ 5.25 ਇੰਚ ਆ। ਇਹ ਆਪਣੀ ਕੱਚੀ ਸਿਲਾਈ, ਇਸ ਨੂੰ ਬਾਅਦ ਦੇ ਵਿੱਚ ਆਪਾਂ ਦੇੜ ਦਾਂਗੇ ਅਤੇ ਆਪਣਾ ਗਲਾ ਚੰਗੀ ਤਰ੍ਹਾਂ ਕਮੀਜ਼ 'ਤੇ ਲੱਗ ਗਿਆ। ਇਸ ਤਰ੍ਹਾਂ ਇਸਦਾ ਜਿਹੜਾ ਕੱਪੜਾ ਇਸਦੀ ਆਪਾਂ ਕਟਿੰਗ ਕਰ ਦਾਂਗੇ। ਇਹ ਜਗ੍ਹਾ ਜਿਹੜੀ ਰੇਬ ਹੁੰਦੀ ਹੈ ਤਾਂ ਕਰਕੇ ਇਸ 'ਤੇ ਆਪਾਂ ਨੂੰ ਕੱਟ ਲਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਕਿ ਆਸਾਨੀ ਨਾਲ ਇਹ ਫੋਲਡ ਹੋ ਸਕੇ। ਪਹਿਲਾਂ ਇਸਨੂੰ ਆਪਾਂ ਪ੍ਰੈਸ ਦੀ ਸਹਾਇਤਾ ਨਾਲ ਸੈੱਟ ਕਰਾਂਗੇ, ਉਸ ਤੋਂ ਬਾਅਦ ਇਸ ਉੱਪਰ ਸਿਲਾਈ ਲਾਵਾਂਗੇ। ਆਪਣੇ ਪ੍ਰੈਸ ਨਾਲ ਸੈੱਟ ਹੋ ਗਿਆ। ਪਹਿਲਾਂ ਇਸ ਉੱਪਰ ਆਪਾਂ ਸਿੰਗਲ ਸਿਲਾਈ ਲਾਵਾਂਗੇ, ਉਸ ਤੋਂ ਬਾਅਦ ਇਸ ਉੱਪਰ ਪੈਪਨ ਲਾਵਾਂਗੇ।
एडी अपनी सिलाई कंप्लीट हो गई है। ऊपर पैपन लावे पहले बाहरली साइड लावे, उस तो बाद अंदरली साइड लावे इस तरह। इस तरह अपनी जी पैपन कंप्लीट हो गई है। तो देखो बहुत ही वधिया इस तरह जो डिजाइन बन के तैयार है। आप छोटी छोटी टोक लावे ताकि अपने जो प्रेस की मदद नाल चंगी तरह सैट हो जाए। जेकर तुसी रेव कपड़े दी बनानी है तो उस दे टोका लाने की जरूरत नहीं पैंदी। फोल्ड करके तो सेंटर करके इस उपर भी टोक लावांगे। अपना कमीज का फ्रंट आ गया, अपनी उल्टी साइड आ गई, इसमें उल्टी साइड ही आप रखांगे। अपनी उल्टी साइड आ गई, यही भी अपनी सीधी आ गई। पहले इस उपर आप कच्चा पखा लावे, एक बार कच्ची सिलाई लावे, उस तो बाद इसमें सैट करूंगे। ये सिलाई जी आप लाने बरीक लावे। जी अंदरली कटिंग पहला वो करांगे, इस तो बाद आप छोटे छोटे कट ने जोड़े वो लावे। इस फोल्ड करके पहला प्रेस की मदद नाल सैट करांगे, उस तो बाद ही सुपर सिलाई लावे।
पहले अंदरली सिलाई लावांगे, उस तो बाद जिहड़ी बाहरली सिलाई ओ लावांगे। मेरी बाहरली सिलाई आ गई अपनी। इसका सेंटर आ गया। इसके ऊपर पहला अपना सुई की मदद नाल इसको सेट कर लेंगे ताकि एक जगह से टिका रहे। इसी तरह सारी सिलाई आप कंप्लीट कर लेंगे हैं। ये अपनी सिलाई जी लग के कंप्लीट हो गई है। इस तरह जी अपनी बाहरली पैपन लग के तैयार हो। इस आप जी अंदरली साइड उत्ते पैपन लावे। अपनी अंदरली पैपन लग के तैयार है। गला जड़ा अपना बन के कंप्लीट हो गए तैयार है। यह इतने छोटे छोटे आप टोक लवेंगे ताकि जो दबाव अंदर ही रह सके। इस उपर तो तरपाई भी कर सकते हो। इस तरह जेकर तुहानू साडी वीडियो वधिया लगी लाइक करो, शेयर करो, कमेंट